ਹਾਂਜੀ ਕਿਸਾਨ ਵੀਰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਦੇ ਵਿੱਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਸੋ ਕਿਸਾਨ ਵੀਰੋ, ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ, ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜੇ ਆਉਂਦੇ ਤਕਰੀਬਨ 2 ਹਫ਼ਤੇ ਹੈ, ਮਤਲਬ ਕਿ ਕੱਲ੍ਹ ਤੋਂ ਲੈ ਕੇ ਅਤੇ 5 ਤੋਂ 10 ਅਕਤੂਬਰ ਤੱਕ ਜਿਹੜਾ ਹੈਗਾ ਮੌਸਮ, ਉਹ ਪੰਜਾਬ ਦਾ ਜਾਂ ਨਾਲ ਲੱਗਦੀਆਂ ਜਿਹੜੀਆਂ ਸਟੇਟਾਂ ਨੇ, ਜਿਹਦੇ ਵਿੱਚ ਹਰਿਆਣਾ, ਰਾਜਸਥਾਨ, ਉਹਨਾਂ ਦੇ ਵਿੱਚ ਜਿਹੜਾ ਮੌਸਮ ਵਿਗੜ ਸਕਦਾ, ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ। ਜਿਹੜੇ ਨਵੇਂ ਕਿਸਾਨ ਵੀਰ ਜੁੜੇ, ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਵਾਲਾ ਬਟਨ ਦਬਾ ਲਓ, ਤਾਂ ਕਿ ਹਰ ਇੱਕ ਨਵੀਂ ਜਾਣਕਾਰੀ ਮੌਸਮ ਸੰਬੰਧੀ ਆ, ਚਾਹੇ ਖੇਤੀਬਾੜੀ ਸੰਬੰਧੀ, ਤੁਹਾਡੇ ਤੱਕ ਜੇ ਜਿਹੜੀ ਹੈਗੀ ਹੈ ਸਮੇਂ ਸਮੇਂ 'ਤੇ ਪਹੁੰਚਦੀ ਰਹੇ, ਅਤੇ ਤੁਸੀਂ ਜਿਹੜਾ ਹੈਗਾ ਘਰ ਬੈਠੇ ਜਿਹੜੀ ਜਾਣਕਾਰੀ ਲੈ ਸਕੋ, ਅਤੇ ਉਹਦੇ ਅਨੁਸਾਰ ਜਿਹੜੀ ਹੈਗੀ ਆਪਣੀ ਖੇਤੀਬਾੜੀ ਦੀ ਜਿਹੜੀ ਕਾਰਵਾਈ ਕਰ ਸਕੋ। ਸੋ ਕਿਸਾਨ ਵੀਰੋ, ਅੱਜ ਜਿਹੜੀ 24 ਤਰੀਕ ਹੋ ਗਈ ਹੈ, 27-28 ਤਰੀਕ ਤੋਂ ਬਾਅਦ ਜਿਹੜਾ ਹੈਗਾ ਮੌਸਮ ਵਿਗੜ ਸਕਦਾ ਪੰਜਾਬ, ਹਰਿਆਣਾ ਅਤੇ ਰਾਜਸਥਾਨ। ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈਗਾ 25-26 ਤਰੀਕ ਤੋਂ ਲੈ ਕੇ ਜਿਹੜਾ ਹੈਗਾ ਮਾਝੇ ਦੁਆਬੇ ਦੇ ਵਿੱਚ ਸਭ ਤੋਂ ਪਹਿਲਾਂ ਮੌਸਮ ਵਿਗੜਨ ਦੀ ਉਮੀਦ ਹੈਗੀ। ਵੈਸਟਰਨ ਡਿਸਟਰਬੈਂਸ ਹੈ ਇਹ, ਜਿਹੜੀ ਪੱਛਮੀ ਚੱਕਰਵਾਤ ਜਿਹਨੂੰ ਕਹਿੰਦੇ ਹੈਗੇ ਆ, ਪਹਿਲਾਂ ਜਿਹੜੇ ਹੈਗੇ ਆ ਹਲਕੀ ਕਾਰਵਾਈ ਹੋ ਸਕਦੀ ਆ, ਉਦੋਂ ਬਾਅਦ ਜਿਹੜੇ ਹੈਗੇ ਭਾਰੀ ਬਾਰਿਸ਼ ਜਾਂ ਜਿਹੜੀ ਹੈਗੀ ਆ ਕਿਤੇ ਕਿਤੇ ਭਾਰੀ ਬਾਰਿਸ਼ ਅਤੇ ਕਿਤੇ ਕਿਤੇ ਜਿਹੜੀ ਇਹ ਗੜੇ ਮਾਰੀ, ਕਿਉਂਕਿ ਜਿਹੜੇ ਹੈਗੇ ਇਹ ਉਮੀਦ ਜਿਤਾਈ ਜਾ ਰਹੀ ਸੀ, ਕਿਉਂਕਿ ਜਿਹੜੇ ਪਿਛਲੀ ਦਿਨੀ ਗਰਮੀ ਬਹੁਤ ਜ਼ਿਆਦਾ, ਟੈਂਪਰੇਚਰ ਬਹੁਤ ਜ਼ਿਆਦਾ ਰਿਹਾ। ਹਾਈ ਟੈਂਪਰੇਚਰ ਦਾ ਮਤਲਬ ਹੁੰਦਾ, ਕਿਉਂਕਿ ਜਿਹੜਾ ਹੈਗਾ ਹਾਈ ਟੈਂਪਰੇਚਰ ਜਦੋਂ ਜ਼ਿਆਦਾ ਤਾਪਮਾਨ ਹੋ ਜਾਂਦਾ ਤਾਂ ਉੱਥੇ ਜਿਹੜਾ ਹੈਗਾ ਲੋ ਪ੍ਰੈਸ਼ਰ ਦਾ ਏਰੀਆ ਕ੍ਰੀਏਟ ਹੋ ਜਾਂਦਾ, ਉਹਦੇ ਕਰਕੇ ਜਿਹੜੀ ਹੈਗੀ ਆ ਤੇਜ਼ ਝੱਖੜ ਵਗਣਾ ਉਹਦੇ ਨਾਲ ਜਿਹੜਾ ਹੈਗਾ ਸੁਭਾਵਿਕ ਹੋ ਜਾਂਦਾ, ਅਤੇ ਉਹਦੇ ਨਾਲ ਜਿਹੜਾ ਹੈਗਾ ਮੌਸਮ ਵਿਗੜ ਸਕਦਾ ਹੈਗਾ। ਅਤੇ ਜਿਹੜੀ ਹੈਗੀ ਮੌਸਮ ਵਿਭਾਗ ਵੱਲੋਂ ਜਿਹੜੀ ਹੈਗੀ ਚੇਤਾਵਨੀ ਜਿਹੜੀ ਹੈਗੀ ਜਿਤਾਈ ਜਾ ਰਹੀ ਹੈ ਕਿ 28 ਤਰੀਕ ਤੋਂ 3 ਤਰੀਕ ਤੱਕ, 28 ਸਤੰਬਰ ਤੋਂ ਲੈ ਕੇ 3-4 ਅਕਤੂਬਰ ਤੱਕ ਪੰਜਾਬ ਦੇ ਵਿੱਚ ਜਿਹੜਾ ਹੈਗਾ ਮੌਸਮ ਵਿਗੜ ਸਕਦਾ। ਉਦੋਂ ਬਾਅਦ 10 ਤਰੀਕ ਤੱਕ ਜਿਹੜਾ ਹੈਗਾ ਮੌਸਮ ਖਰਾਬ ਰਹਿਣ ਦੀ ਸੰਭਾਵਨਾ, ਇਹਦੇ ਵਿੱਚ ਗੜੇਮਾਰੀ ਵੀ ਹੋ ਸਕਦੀ ਹੈ, ਤੇਜ਼ ਜਿਹੜੀ ਹੈਗੀ ਹੈ ਤੇਜ਼ ਹਵਾਵਾਂ ਵਗ ਸਕਦੀਆਂ, ਕਿਤੇ ਕਿਤੇ ਜਿਹੜੀ ਹੈਗੀ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਕਰਕੇ ਕਿਸਾਨ ਵੀਰਾਂ ਨੂੰ ਜਿਹੜਾ ਹੈਗਾ ਇਹ ਮੈਂ ਆਪਦੇ ਵੱਲੋਂ ਜਿਹੜੀ ਸਲਾਹ ਦੇਣੀ ਚਾਹੁੰਦਾ ਕਿ ਪਹਿਲਾਂ ਜਿਹੜੇ ਹੈਗੇ ਆ ਉਦੋਂ ਪਹਿਲਾਂ ਪਹਿਲਾਂ ਜਿੱਥੇ ਆਪਾਂ ਜਿਹੜੇ ਹੈਗੇ ਆ ਝੋਨਾ ਜਿਹੜਾ ਪੱਕਣ ਵਾਲਾ, ਜਾਂ ਜਿਹੜੀਆਂ ਜਿੱਥੇ ਮੁੰਜਣਾ ਮੁੜ ਚੁੱਕੀਆਂ ਨੇ, ਉੱਥੇ ਆਪਣਾ ਉੱਲੀ ਨਾਸ਼ਕ ਦਾ ਜਾਂ ਕੋਈ ਸਪਰੇਅ ਕਰਨੀ ਆ ਕੀਟਨਾਸ਼ਕ ਦੀ, ਉਹ ਪਹਿਲਾਂ ਪਹਿਲਾਂ ਕਰ ਲਈ ਜਾਵੇ 28-29 ਤਰੀਕ ਤੋਂ ਪਹਿਲਾਂ ਪਹਿਲਾਂ, ਤਾਂ ਕਿ ਆਪਾਂ ਨੂੰ ਜਿਹੜਾ ਉਸ ਦੌਰਾਨ, ਕਿਉਂਕਿ ਜੇ ਆਪਾਂ ਕੋਈ ਸਪਰੇਅ ਕਰਨ ਜਾਵਾਂਗੇ ਜਿਹੜਾ ਮੌਸਮ ਖਰਾਬ ਹੋ ਜਾਂਦਾ ਤਾਂ ਉਹਦੇ ਵਿੱਚ ਆਪਣਾ ਜਿਹੜਾ ਹੈਗਾ ਨੁਕਸਾਨ ਹੋਊਗਾ। ਅਤੇ ਵੀਡੀਓ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਸਾਂਝੀ ਕਰ ਦਿਓ, ਤਾਂ ਕਿ ਉਹਨਾਂ ਨੂੰ ਜਿਹੜੀ ਜਾਣਕਾਰੀ ਮਿਲ ਸਕੇ, ਅਤੇ ਉਹ ਸਮਾਂ ਰਹਿੰਦੇ ਜਿਹੜੀ ਹੈਗੀ ਆ ਉਹਦੇ ਅਨੁਸਾਰ ਜਿਹੜੀ ਹੈਗੀ, ਕਿਉਂਕਿ ਜਿਹੜਾ ਜ਼ਿਆਦਾਤਰ ਜਿਹੜਾ ਝੋਨਾ ਪੱਕਣ ਵੱਲ ਵੱਧ ਰਿਹਾ, ਪਰਮਲ ਝੋਨਾ ਹੈਗਾ, ਬਾਸਮਤੀ ਆ ਤਕਰੀਬਨ ਜਿਹੜੀ ਹੈਗੀ ਆ ਨਿਸਰ ਚੁੱਕੀ ਆ, ਜਾਂ ਜਿਹੜੀ ਹੈਗੀ ਦੋਧੇ ਦੇ ਵਿੱਚ ਹੈਗੀ ਆ। ਸੋ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਜਾਣਕਾਰੀ ਸਾਂਝੀ ਕਰ ਦਿਓ, ਹੋਰ ਤੁਹਾਡਾ ਸਵਾਲ ਹੋਵੇ, ਕਮੈਂਟ ਹੋਵੇ, ਜ਼ਰੂਰ ਸਾਂਝਾ ਕਰ ਦਿਓ। ਉਮੀਦ ਹੈ ਕਿ ਪਰਮਾਤਮਾ ਅੱਗੇ ਇਹੀ ਅਰਦਾਸ ਆ ਕਿ ਮੌਸਮ ਨਾ ਵਿਗੜੇ, ਕਿਉਂਕਿ ਫਸਲ ਪੱਕਣ ਵਾਲਾ ਹੈ, ਕਿਸਾਨ ਵੀਰਾਂ ਦੀ ਜਿਹੜੀ 6 ਮਹੀਨਿਆਂ ਦੀ ਮਿਹਨਤ ਹੈ, ਅਤੇ ਚੰਗਾ ਅਸੀਂ ਜਿਹੜਾ ਹੈਗਾ ਝਾੜ ਲੈ ਸਕੀਏ ਅਤੇ ਆਪਣੀ ਫਸਲ ਨਾ ਖਰਾਬ ਹੋਵੇ। ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤੁਹਾਡਾ ਬਹੁਤ ਬਹੁਤ ਧੰਨਵਾਦ।